ਬਿਨਾਂ ਸਰਦਾ ਨਹੀਂ ਉਹ ਕਹਿੰਦਾ ਇਹ ਸਾਲ ਲੈ ਚੰਗਾ ਰਹੇਗਾ। ਧਰਮ ਕਹਿੰਦਾ ਵੀ ਇਹ ਕੰਮ ਨਾ ਕਰੋ, ਇਹ ਕੰਮ 'ਚ ਘਾਟਾ ਘਾਟਾ। ਸਿਆਣੇ ਕਹਿੰਦੇ ਨੇ ਕੰਮ 'ਚ ਘੱਟ ਹੈ, ਉਹ ਕਹਿੰਦਾ ਸਿਆਣੇ ਛੱਡੋ ਪਰੇ। ਸਿਆਣੇ ਦੇ ਕਹੇ ਨਾਲ ਰੋਟੀ ਨਹੀਂ ਮਿਲਣੀ, ਰੋਟੀ ਮਿਲਣੀ ਪੈਸੇ ਨਾਲ, ਪੈਸਾ ਕਮਾ ਨਹੀਂ ਹੁੰਦਾ ਝੂਠ ਬੋਲੇ ਬਿਨਾਂ। ਉਹ ਆਪਣੀ ਦਲੀਲ ਦਿੰਦਾ, ਉਹ ਆਪਣੀ ਦਲੀਲ ਦਿੰਦਾ। ਇਸ ਕਰਕੇ ਦੋ ਬੂਹ ਇਸੇ ਦਿਨ ਦੋ ਗੱਲਾਂ ਜੋ ਹੈ, ਜਦ ਇੱਕ ਗੱਲ ਰਹਿ ਗਈ ਨਾ ਨਾਨਕ ਲੇਖੇ ਇੱਕ ਗੱਲ, ਹੁਣ ਗੱਲਾਂ ਦੋ ਨੇ ਇਹਦੇ ਅੰਦਰ, ਇੱਕ ਮੂੰਹ ਖਤਮ ਹੋ ਜਾਣਾ ਫਿਰ ਦੂ ਚਿੱਤੇ ਕੀ ਦੋਈ ਥੂ ਨਾ ਗਰਾਨੀ ਬਹੁ ਬਲੈਂਡਾ ਟੂਟਾ ਨਗ ਨਾਗ ਨਰਾਧਪ ਨਗ ਨਾਗ ਨਰਾਧਪ ਨਰਾਧਪ ਰਾਜੇ ਨਾਗ ਉਹ ਇੱਕ ਤਾਂ ਸ਼ਿਵਜੀ ਦੇ ਚੇਲੇ ਆ ਗਏ, ਸ਼ਿਵ ਭਗਤ ਆ ਗਏ, ਸ਼ਿਵ ਆ ਗਿਆ ਨਾਗ ਨਾਗ ਨਰਾਧਪ ਨਰਾਧਪ ਵਿਸ਼ਨੂੰ ਆ ਗਿਆ, ਦੋਏ ਆ ਗਏ। ਸਰਬ ਸਮੇਂ ਸਭ ਕੋ ਵਰਤ ਪਾਲ ਹੈ, ਸਾਰੇ ਸਮੇਂ ਸਾਰਿਆਂ ਨੂੰ ਵਰਤ ਪਾਲਣਾ ਕਰਦਾ, ਕਿਉਂਕਿ ਜਿਹੜੀ ਇਹ ਹੈ ਨਾ ਪਛ ਪਛੂ ਪਹਿਲਾਂ ਆ ਗਿਆ ਨਾ, ਬਾਕੀ ਸਾਰੀਆਂ ਚੂਨੇ ਆ ਗਈਆਂ ਪਛ ਪਛੂ ਚ, ਉਹਨਾਂ ਨੂੰ ਵੀ ਪਾਲਦਾ, ਆਦਮੀਆਂ ਨੂੰ ਵੀ ਪਾਲਦਾ। ਕੋਈ ਹੋਰ ਰੱਬ ਨਹੀਂ ਹੈ ਜਿਹੜਾ ਸ਼ਿਵਜੀ ਨੂੰ ਪਾਲਦਾ, ਕੋਈ ਹੋਰ ਰੱਬ ਨਹੀਂ ਹੈ ਜਿਹੜਾ ਵਿਸ਼ਨੂੰ ਦੇ ਭਗਤਾਂ ਨੂੰ ਪਾਲਦਾ, ਵਿਸ਼ਨੂੰ ਨੂੰ ਪਾਲਦਾ, ਇੱਕੋ ਹੀ ਹੈ ਕਹਿਣ ਦਾ ਮਤਲਬ। ਪਰ ਉਹ ਅੱਡੋ ਅੱਡ ਮੰਨੀ ਬੈਠੇ ਨੇ, ਉਹ ਜਦ ਕੇ ਪਿੱਛੇ ਇੱਕੋ ਹੀ ਹੈ ਦੋਵਾਂ ਦੇ ਸਿਰ ਤੇ, ਉਹ ਅੱਡੋ ਅੱਡ ਮੰਨੀ ਬੈਠੇ ਨੇ। ਉਹ ਕਹਿੰਦੇ ਸਾਨੂੰ ਸ਼ਿਵਜੀ ਤੋਂ ਮਿਲੂਗਾ ਸਭ ਕੁਛ, ਉਹ ਕਹਿੰਦੇ ਸਾਨੂੰ ਵਿਸ਼ਨੂੰ ਤੋਂ ਮਿਲੂ, ਗਾਂ ਵਿਸ਼ਨੂੰ ਆ ਸ਼ਿਵਜੀ ਨੂੰ ਪਾਲਣ ਵਾਲਾ ਇੱਕ ਹੋਰ ਹੈ ਕਹਿੰਦੇ ਉੱਪਰ, ਐਂ ਕਹਿ ਰਹੇ ਨੇ। ਜਿਹੜਾ ਸਾਰੇ ਜੀ ਜੰਤ ਦੀ ਪਾਲਣਾ ਕਰਦਾ, ਪਸ਼ੂ ਦੀ ਕਰਦਾ। ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ। ਪੋਖਤ ਹੈ ਜਲ ਮੈਂ ਥਲ ਮੈਂ, ਜਲ ਦੇ ਵਿੱਚ ਵੀ ਜੀਵ ਨੇ, ਧਰਤੀ ਦੇ ਉੱਤੇ ਵੀ ਜੀਵ ਨੇ, ਸਾਰਿਆਂ ਦੀ ਉਹ ਭਰਨ ਪੋਸ਼ਣ ਕਰਦਾ, ਸਾਰਿਆਂ ਦੀ ਭੁੱਖ ਦਾ ਇਲਾਜ ਕਰਦਾ, ਭੁੱਖ ਮਿਟਾਉਂਦਾ, ਖਾਣ ਨੂੰ ਦਿੰਦਾ, ਪੀਣ ਨੂੰ ਦਿੰਦਾ, ਪਾਲਣਾ ਕਰਦਾ। ਪੋਖਤ ਹੈ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ, ਪਲ ਮੈਂ ਕਰ ਦਿੰਦਾ ਕੰਮ ਪੋਖਤ, ਪਲ ਮੈਂ ਪਲਮੈ ਦੇ ਆਗੇ ਕੰਮ ਹੈ। ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ, ਕੱਲ ਕੇ ਨਹੀਂ ਕਰਮ ਵਿਚਾਰੈ, ਕੱਲ ਕੇ ਨਹੀਂ ਕਰਮ ਵਿਚਾਰੈ। ਉਹਨਾਂ ਦੇ ਕੀ ਸੋਚ ਹੈ, ਉਹ ਕੀ ਸੋਚਦੇ ਨੇ, ਇਹ ਕਰਮ ਦੀ ਵਿਚਾਰ ਨਹੀਂ ਕਰਦਾ, ਇਹਨਾਂ ਦੀ ਸੋਚ ਕੀ ਹੈ, ਉਹ ਸੋਚ ਜੋ ਮਰਜ਼ੀ ਸੋਚੀ ਜਾਣੋ ਕਹਿੰਦੇ ਤਾਂ ਸਦਾ ਹੀ ਨੇ। ਨਿਆਣੇ ਕੀ ਸੋਚਦੇ ਨੇ, ਬਾਪ ਨੂੰ ਕੀ ਲੱਗੇ। ਜੇ ਕੋਈ ਭੈੜਾ ਵੀ ਸੋਚਦਾ ਉਹ ਕਹਿੰਦਾ ਸੋਚੀ ਜਾਣਦੇ, ਐਂ ਥੋੜ੍ਹੀ ਕਹਿੰਦਾ ਵੀ ਇਹਨੂੰ ਸਾਨੂੰ ਰੋਟੀ ਬੰਦ ਕਰ ਦਿਉ, ਇਹਦੀ ਉਹ ਇਹ ਥੋੜ੍ਹੀ ਕਹੂਗਾ ਵੀ ਇਹਨੂੰ ਕੱਪੜੇ ਬੰਦ ਕਰ ਦਿਉ, ਉਹ ਕਹਿੰਦਾ ਇਹਨੂੰ ਸਮਾਂ ਹੋਰ ਇਹਨੂੰ ਫਾਲਤੂ ਦੇ ਦਿਆ ਕਰੋ, ਇਹ ਦੋਆਂ ਨੂੰ ਇਹ ਕਹਿੰਦਾ ਵੀ ਮੈਨੂੰ ਘੱਟ ਦਿੰਦੇ ਨੇ, ਉਹ ਘੱਟ ਦੇਣ ਦਾ ਹੀ ਰੌਲਾ ਹੁੰਦਾ, ਉਹ ਰੌਲਾ ਕਾਹਦਾ ਹੁੰਦਾ, ਸੰਸਾਰ 'ਚ ਵੀ ਘੱਟ ਦੇਣ ਦਾ ਹੀ ਰੌਲਾ ਰੋਸਾ, ਇਹਨੂੰ ਬਾਈ ਵੱਧ ਦੇ ਦਿਉ। ਜੇ ਕਹਿੰਦਾ ਮੈਂ ਬੂਟ ਮਹਿੰਗੇ ਲੈਣੇ ਨੇ ਇਹਨੂੰ ਲੈ ਦਿਓ ਛੱਡੋ ਪਰੇ, ਦੂਜਿਆਂ ਨੂੰ ਸਮਝਾ ਦਿੰਦਾ ਵੀ ਤੁਸੀਂ ਨਾ ਕਹੋ, ਕਲੇਸ਼ ਨਾ ਹੋਵੇ। ਉਹ ਕਲੇਸ਼ ਵਾਲੇ ਤੋਂ ਵੀ ਕਹਿੰਦਾ ਵੀ ਚਲੋ ਕਿਸੇ ਤਰੀਕੇ ਨਾਲ ਇਹਨੂੰ ਵੱਧੇ ਦੇ ਦਈਏ, ਕਲੇਸ਼ ਨਾ ਹੋਵੇ। ਕਰਮ ਨਹੀਂ ਵਿਚਾਰਦਾ, ਕਰ ਸਿਆਣਾ ਨਹੀਂ ਵਿਚਾਰਦਾ। ਦੀਨ ਦਿਆਲ ਦਇਆ ਨਿਧ ਦੋਖਣ ਦੇਖਦਾ ਹੈ ਪਰ ਦੇਤ ਨਾ ਹਾਰੈ। ਦੀਨ ਦਿਆਲ ਹੈ, ਦਿਆ ਨਿਧ ਹੈ, ਸਾਡੇ ਦੁੱਖਾਂ ਨੂੰ ਸਾਡੀਆਂ ਕਮੀਆਂ ਨੂੰ ਦੇਖਦਾ, ਘਰ ਬਾਪ ਜਾਣਦਾ ਉਹਦੀ ਕਮੀ ਨੂੰ ਪਰ ਫਿਰ ਵੀ ਦੇਈ ਜਾਂਦਾ, ਪਰ ਦੇਤ ਨਾ ਹਾਰੈ, ਜਾਣਦਾ ਉਹ ਮੈਨੂੰ ਯਾਜ ਖਰਚ ਕਰ ਦਿੰਦਾ ਪੈਸੇ ਜੇ ਦਿੰਦੇ ਹਾਂ ਫਿਰ ਦੇ ਦਿੰਦਾ ਕੀ ਕਰੇ ਹੁਣ, ਪਰ ਦੇ ਇਤਨਾ ਹਾਰ ਦੇਣਾ ਪੈਂਦਾ। ਇਹ ਵੀ ਉਹ ਕਰਦਾ ਕਹਿੰਦੇ, ਆਦਮੀ ਵੀ ਕਰਦਾ ਹੀ ਹੈ ਨਾ, ਜੇ ਤੂੰ ਕਰਦਾ ਆਦਮੀ ਨੂੰ ਪੁੱਛਿਆ ਫਿਰ ਉਹ ਕਿਉਂ ਨਾ ਕਰੇ ਬਈ, ਜੇ ਤੂੰ ਕਰਦਾ ਉਹ ਇਵੇਂ ਕਰਦਾ, ਤੇਰੇ ਇਹਦੇ ਅੰਦਰ ਪ੍ਰੇਮ ਜਗਾਇਆ ਇਹ ਕਹਿ ਕੇ, ਇਹ ਕਹਿ ਕੇ ਪ੍ਰੇਮ ਜਗਾਇਆ ਇਹਦੇ ਅੰਦਰ ਵੀ ਜਿਵੇਂ ਤੈਨੂੰ ਪ੍ਰੇਮ ਹੈ ਨਾ ਆਪਣੀ ਔਲਾਦ ਨਾਲ, ਇਵੇਂ ਉਹਨੂੰ ਵੀ ਹੈ। ਸਾਡੇ ਕਰਮਾਂ ਨੂੰ ਨਹੀਂ ਦੇਖਦਾ ਸੀ ਸਾਡੀ ਕੀ ਸੋਚਦੇ ਹਾਂ, ਉਹ ਫਿਰ ਵੀ ਦੇਈ ਜਾਂਦਾ। ਅਜੋ ਕਈ ਵਾਰ ਸਾਨੂੰ ਤਾਂ ਗੁੱਸਾ ਆ ਜਾਂਦਾ, ਉਹਨੂੰ ਆਉਂਦਾ ਵੀ ਨਹੀਂ, ਅਸੀਂ ਤਾਂ ਕਈ ਵਾਰ ਗੁੱਸਾ ਵੀ ਆ ਜਾਂਦਾ, ਉਹਨੂੰ ਗੁੱਸਾ ਵੀ ਨਹੀਂ ਆਉਂਦਾ। ਦਾਹਤ ਹੈ ਦੁੱਖ ਦੋਖਣ ਕੋ ਦਲ ਦੁੰਜਣ ਕੇ ਪਲ ਮੈਂ ਦਲ ਡਾਰ, ਦੁੱਜਣ ਦੁਰਜਣ ਦਾਹਤ ਹੈ ਦੁੱਖ ਦੋਖਣ ਕੋ, ਕੰਮ ਕੀ ਆਉਂਦਾ ਸਾਰਾ ਦਿਨ ਸਾਡੇ ਦੁੱਖ ਔਰ ਦੋਖਾਂ ਦਾ ਦਹਨ ਕਰਨਾ,
ਦੁੱਖਾਂ ਦੁੱਖਾਂ ਦਾ ਨਾਸ ਕਰਨਾ ਉਹਦਾ ਕੰਮ, ਸਾਰੇ ਸ੍ਰਿਸ਼ਟੀ ਦੇ ਦੁੱਖ ਦੁੱਖ ਦਾ ਦਹਿਨ ਕਰਨਾ ਉਹਦਾ ਕੰਮ। ਦਲ ਦੂਜਣ ਕੇ ਪਲ ਮੈਂ ਦਲ ਜਿਹੜੇ ਦੁਰਜਨ ਨੇ ਦੂਜਿਆਂ ਨੂੰ ਇੱਕ ਦੂਏ ਨੂੰ ਦੁੱਖ ਦੇਣ ਵਾਲੀ ਵੀ ਤਾਂ ਇੱਥੇ ਅਸੀਂ ਸਾਡੇ ਵਿੱਚੋਂ ਹੀ ਹਾਂ, ਜਿਹੜੇ ਇੱਕ ਦੂਏ ਵਾਸਤੇ ਦੁੱਖ ਰੂਪ ਬਣ ਰਹੇ ਨੇ ਦੁਰਜਨਾਂ ਦੇ ਦਲ, ਉਹ ਕਹੇ ਜੇ ਨੇ ਹਿਰਨਾ ਬਾਜਾ ਤੇ ਸਿੱਖਦਾਰਾਂ ਇਹਨਾਂ ਪੜਿਆ ਨਾ ਫਾਹੀ ਲੱਗੀ ਜਾਤ ਬਾਹਨ ਅੱਗੇ ਨਾ ਇੱਥੋਂ, ਜਿਹੜੇ ਇਹ ਜੇ ਨੇ ਨਾ ਲੋਕਾਂ ਨੂੰ ਗੁਮਰਾਹ ਕਰਕੇ ਧਰਮ ਤੋਂ ਪਰੇ ਲਿਜਾਣ ਵਾਲੇ, ਆਪਣੇ ਜਾਲ ਚ ਫਸਾਉਣ ਵਾਲੇ, ਇਹਨਾਂ ਦੇ ਜਿਹੜੇ ਦਲ ਨੇ ਨਾ ਦਲ ਦਲਾਂ ਦੇ ਦਲ ਦਲ ਡਰ ਹੈ, ਦਲ ਦੂਜਣ ਕੇ ਦੂਜਣਾਂ ਦੇ ਦਲ, ਦੂਜਣਾਂ ਦੀ ਸਮੂਹ ਫੌਜਾਂ ਦੂਜਣਾਂ ਦੀਆਂ, ਪਰ ਮੈਂ ਦਲ ਡਰ ਹੈ, ਪਰ ਮੈਂ ਦਹਿਣ ਪਲ ਦੇ ਵਿੱਚ ਦੜ ਦਿੰਦਾ, ਦੜ ਕੇ ਰੱਖ ਦਿੰਦਾ, ਪਲ ਦੇ ਵਿੱਚ ਦੜ ਦਿੰਦਾ, ਉਹਨੂੰ ਦੈੜ ਦਿੰਦਾ, ਜਾਂ ਸੱਚ ਪ੍ਰਗਟ ਹੁੰਦਾ ਸਾਰਿਆਂ ਨੂੰ ਦੈੜ ਦਿੰਦਾ, ਇਕੱਠੇ ਹੀ ਦੈੜੇ ਜਾਂਦੇ ਨੇ, ਜਿੰਨਾ ਪ੍ਰਚਾਰ ਉਹ ਇਕੱਠੇ ਬੰਦ ਹੋ ਜਾਣਾ, ਹੁਣ ਜ਼ਿਆਦਾ ਸੱਚ ਪ੍ਰਗਟ ਹੁੰਦਾ ਜਿਹੜਾ ਝੂਠ ਦਾ ਪ੍ਰਚਾਰ ਹੁੰਦਾ ਇਕੱਠਾ ਹੀ ਬੰਦ ਹੋ ਜਾਂਦਾ, ਫਿਰ ਹਰ ਕੋਈ ਬੋਲਣ ਲੱਗ ਜਾਂਦਾ ਨਾ, ਹਰ ਲੋਕਾਂ ਕੋਲ ਜਵਾਬ ਨਹੀਂ ਸੀ ਅੱਗੇ ਇਹਨਾਂ ਦੀਆਂ ਗੱਲਾਂ ਦੇ, ਜਾਂ ਜਵਾਬ ਆ ਜਾਣਗੇ ਆਪੇ ਚੁੱਪ ਕਰ, ਇਹ ਪਹਿਲਾਂ ਹੀ ਚੁੱਪ ਕਰ ਜਾਂਦੇ ਹੁੰਦੇ ਸਿਆਣੇ ਹੁੰਦੇ ਨੇ, ਵੀ ਹੁਣ ਲੋਕਾਂ ਕੋਲ ਆ ਗਏ ਜਵਾਬ, ਬੇਇੱਜ਼ਤੀ ਕਰਾਉਣ ਨੂੰ ਪਹਿਲਾਂ ਹੀ ਚੁੱਪ ਹੋ ਜਾਓ, ਪਹਿਲਾਂ ਚੁੱਪ ਹੋ ਜਾਂਦੇ ਹੁੰਦੇ ਨੇ ਇੰਨਾ, ਹੁਣ ਉਹਨਾਂ ਨੂੰ ਤਾਂ ਪਤਾ ਅਸੀਂ ਗੁਮਰਾਹ ਕਰ ਰਹੇ ਹਾਂ, ਚੱਲ ਲੋਕਾਂ ਕੋਲ ਜਵਾਬ ਆ ਗਏ ਉਹਨਾਂ ਨੇ ਪਹਿਲਾਂ ਹੀ ਚੁੱਪ ਕਰ ਜਾਣਾ, ਬੇਇੱਜ਼ਤੀ ਕਰਾ ਕੇ ਵੀ ਤਾਂ ਚੁੱਪ ਹੋਣਗੇ ਹੀ ਨਾ, ਬੇਇੱਜ਼ਤੀ ਕਿਉਂ ਕਰਾਉਣ, ਉਹ ਕਹਿਣਗੇ ਹਾਂ ਬਈ ਅਸੀਂ ਤਾਂ ਪਿੱਛੇ ਐਵੇਂ ਪੜਿਆ ਸੀ, ਇਵੇਂ ਕਹਿੰਦੇ ਰਹੇ, ਠੀਕ ਹੈ ਇਹ ਵੀ ਠੀਕ ਹੈ ਆਹੀ ਠੀਕ ਹੈ, ਚੱਲ ਨਾਲੇ ਰਲ ਕੇ ਪਿਛਲੇ ਤੇ ਆਪਣਾ ਪੋਚਾ ਫਿਰ ਗਿਆ, ਨਾਲੇ ਨਾਲੇ ਸੰਪਤੀ ਲੈ ਲਈ ਸਾਰਿਆਂ ਦੀ, ਫਿਰ ਵੀ ਅਸੀਂ ਗੁਰੂ ਨਾਲੇ ਜੋੜਿਆ ਤੁਹਾਨੂੰ, ਕਿਰਪਾਨਾਂ ਤਾਂ ਪੋਈਆਂ ਹੀ ਨੇ, ਬਾਣੀ ਨਾਲੇ ਜੋੜਦੇ ਰਹੇ ਹਾਂ ਅਸੀਂ ਵੀ, ਚੱਲ ਭਾਵੇਂ ਜਾਣ ਕੇ ਕਹਿੰਦੇ ਰਹੇ, ਫਿਰ ਐਂ ਕਹਿ ਦੇਣਗੇ ਪੋਚਾ ਹੀ ਫਿਰਨਾ। ਖੰਡ ਅਖੰਡ ਪ੍ਰਚੰਡ ਪ੍ਰਹਾਰਨ ਪੂਰਨ ਪ੍ਰੇਮ ਕੀ ਪ੍ਰੀਤ ਸੰਭਾਰਾ, ਖੰਡ ਅਖੰਡ ਜਿਹੜਾ ਖੰਡ ਹੈ ਨਾ, ਮਨ ਮਨ ਖੰਡ ਹੈ, ਚਿੱਤ ਵੀ ਖੰਡ ਹੈ, ਅੱਧਾ ਅੱਧਾ ਜਦ ਜਿੰਨਾ ਚਿਰ ਅੱਧਾ ਅੱਧਾ, ਅਖੰਡ ਅਖੰਡ ਪਰ ਆਪਣੇ ਆਪ ਨੂੰ ਮੰਨਦਾ ਅਖੰਡ, ਮਨਮੱਤਾਂ ਨੇ ਸਾਰੀਆਂ ਆਪਣੇ ਆਪ ਨੂੰ ਅਖੰਡ ਮੰਨਦੀਆਂ, ਹੈ ਤਾਂ ਉਹ ਮਨ ਦੀ ਮਤ ਖੰਡ ਦੀ ਮਤ ਹੈ, ਉਹ ਖੰਡ ਦਾ ਹੀ ਗਿਆਨ, ਪਰ ਇਹ ਕਹਿੰਦਾ ਮੇਰੀ ਗੱਲ ਦਾ ਜਵਾਬ ਹੀ ਨਹੀਂ, ਜੇ ਮੈਂ ਇਹੀ ਤੁਰੇ ਫਿਰਦੇ ਹੁਣ, ਜਿਵੇਂ ਕਹਿੰਦੇ ਸਾਡੇ ਕੋਲ ਤੱਤ ਗੁਰਮਤ ਹੈ, ਇਹ ਉਹੀ ਹੈ ਇਹੋ ਜਿਹਾ ਦੀ ਗੱਲ ਹੈ, ਇਹ ਖੰਡ ਅਖੰਡ ਜਿਹੜੇ ਅਖੰਡ ਨੇ ਆਪਣੇ ਆਪ ਨੂੰ ਸਭ ਦੇ ਕਾਲਾ ਫਗਾਨਾ ਕੀ ਕਹਿੰਦਾ ਵੀ ਮੇਰੀ ਗੱਲ ਦਾ ਜਵਾਬ ਨਹੀਂ, ਦੱਸੋ ਮੈਨੂੰ ਮੇਰੇ ਕੋਲ ਕੀ ਹੈ, ਉਹ ਤੇਰੇ ਕੋਲ ਜੇ ਹੁੰਦਾ ਕੁਛ ਤਾਂ ਦੱਸਦੇ, ਤੇਰੇ ਕੋਲ ਤਾਂ ਥਾਈ ਕੁਛ ਨਹੀਂ ਦੱਸਦੇ ਕੀ, ਜੇ ਤਾਂ ਇੱਕ ਅੱਧੀ ਗਲਤੀ ਹੁੰਦੀ ਗਣਾਉਂਦੇ, ਜਾਂ ਸਾਰਾ ਕੁਛ ਗਲਤ ਹੈ, ਕਿਹੜੀ ਗਲਤੀ ਗਣਾਉਂਦੇ ਤੇਰੀ, ਤੂੰ ਇਹ ਦੱਸ ਵੀ ਤੇਰੇ ਕੋਲ ਠੀਕ ਕੀ ਸੀ, ਜਿਹੜੇ ਕਾਲੇ ਫਗਾਨੇ ਦੇ ਹਮਾਇਤੀ ਨੇ ਉਹ ਦੱਸਣ ਉਹਦੇ ਕੋਲ ਠੀਕ ਕਿਹੜੀ ਗੱਲ ਸੀ, ਇੱਕ ਗੱਲ ਉਹਦੀ ਠੀਕ ਦੱਸਣ, ਕਿਹੜੀ ਕਿਹੜੀ ਗੱਲ ਅਸੀਂ ਗਣਾਈ ਜਾਈਏ ਉਹਦੀ ਗਲਤ, ਕੀ ਉਹਦਾ ਜਵਾਬ ਦਿੰਦੇ, ਕਿਹੜੀ ਗੱਲ ਦਾ ਜਵਾਬ ਦਿੰਦੇ ਇਹ ਅਕਾਲ ਤਖ਼ਤ ਵਾਲੇ, ਇਹੀ ਜਵਾਬ ਦਿੱਤਾ ਵੀ ਜਿਹੜੇ ਆਦਮੀ ਨੂੰ ਇੰਨਾ ਨਹੀਂ ਪਤਾ ਵੀ ਪਤਾਸਿਆਂ ਦਾ ਮਿੱਠਾ ਅਰਨਾਮ ਦਾ ਮਿੱਠਾ ਕੀ ਫਰਕ ਹੈ, ਉਹਨੂੰ ਗੁਰਬਾਣੀ ਦੀ ਕਿੰਨੀ ਸੋਝੀ ਹੋਊ, ਆਹੀ ਗੱਲ ਦੱਸੀ ਹੈ, ਜਿਹਨੂੰ ਇੰਨਾ ਹੀ ਨਹੀਂ ਪਤਾ ਉਹਦੇ ਕੋਲ ਠੀਕ ਕੀ ਹੋ ਸਕਦਾ, ਆਹੀ ਕੁਛ ਇਹਨਾਂ ਦਾ ਸਾਰਿਆਂ ਦਾ ਗੁਰੂ ਉਹ ਹੈ, ਇਹਨੇ ਤੁਰੇ ਫਿਰਦਾ ਦਸ ਬੋਲਾਂ ਦੇ ਖਿਲਾਫ, ਸਾਰਿਆਂ ਦਾ ਗੁਰੂ ਉਹੀ ਹੈ ਕਾਲਾ ਹੋ ਗਾ, ਉਹਦੇ ਕੋਲ ਕੱਖ ਨਹੀਂ ਹੈ ਜਦ ਇਹਨਾਂ ਕੋਲ,